ਜੌਬਾਂ ਦਾ ਤੇ ਇੰਟਰਨੈਸ਼ਨਲ ਸਟੂਡੈਂਟਸ ਦਾ ਨਾ ਆਪੋ ਦੇ ਵਿੱਚ ਇੱਟ ਕੁੱਤੇ ਦਾ ਵੈਰ ਹੈਗਾ ਆ। ਦੋਨੇ ਜਾਣੇ ਇੱਕ ਦੂਜੇ ਨੂੰ ਲੱਭਦੇ ਹੋਏ ਹੈਗੇ ਆ। ਜਿਹੜਾ ਇੰਪਲੋਇਰ ਆ ਉਹ ਚੰਗਾ ਇੰਪਲੋਈ ਲੱਭਦਾ ਪਿਆ ਆ, ਉਹ ਕਹਿੰਦਾ ਕਿ ਮੈਨੂੰ ਚੰਗਾ ਇੰਪਲੋਈ ਨਹੀਂ ਮਿਲਦਾ, ਮੇਰਾ ਕੰਮ ਵਧੀਆ ਨਹੀਂ ਚੱਲਦਾ ਪਿਆ। ਤੇ ਜਿਹੜਾ ਇੰਪਲੋਇਰ ਹੈਗਾ ਆ, ਖਾਸ ਕਰਕੇ ਇੰਟਰਨੈਸ਼ਨਲ ਸਟੂਡੈਂਟ, ਉਹ ਕਹਿੰਦਾ ਮੈਨੂੰ ਕਦੇ ਕੰਮ ਨਹੀਂ ਮਿਲਦਾ ਪਿਆ ਹੈਗਾ। ਫਿਰ ਉਹ ਕਹਿੰਦੇ ਕੈਨੇਡਾ 'ਚ ਕੰਮ ਹੈ ਨਹੀਂ ਗਾ। ਹੁਣ ਇਸ ਚੀਜ਼ ਦਾ ਸਲਿਊਸ਼ਨ ਪਤਾ ਕੀ ਹੈਗਾ, ਖਾਸ ਕਰਕੇ ਜਿਹੜੇ ਜੌਬ ਸੀਕਰਸ ਹੈਗੇ ਨੇ, ਇੰਟਰਨੈਸ਼ਨਲ ਸਟੂਡੈਂਟ ਹੈਗੇ ਨੇ, ਇਸ ਵੇਲੇ ਸਭ ਤੋਂ ਵੱਡੀ ਜਿਹੜੀ ਕਮੀ ਦੇਖਣ ਨੂੰ ਮਿਲਦੀ ਹੈ ਨਾ, ਉਹ ਆ ਕਿ ਤੁਹਾਡੇ ਕੋਲ ਇਨਫ ਜਿਹੜੇ ਸਕਿੱਲਸ ਹੋਣੇ ਚਾਹੀਦੇ ਨੇ ਇੰਡਸਟਰੀ ਦੇ ਵਿੱਚ, ਮਿਨੀਮਲ ਰਿਕੁਆਇਰਡ ਜਿਹੜੇ ਸਕਿੱਲਸ ਨੇ ਉਹ ਤੁਹਾਡੇ ਕੋਲ ਨਹੀਂ ਹੁੰਦੇ ਹੈਗੇ। ਹੁਣ ਸਕਿੱਲਸ ਵਿੱਚ ਕਿਹੜੀ ਚੀਜ਼ ਆਉਂਦੀ ਹੈ ਜਿਹਨੂੰ ਤੁਸੀਂ ਅਗਰ ਇੰਪਰੂਵ ਕਰਦੇ ਹੋ ਤਾਂ ਤੁਹਾਡੇ ਜੌਬ ਲੱਗਣ ਦੇ ਚਾਂਸਿਸ ਜ਼ਿਆਦਾ ਬਣ ਜਾਂਦੇ ਹੈਗੇ ਨੇ। ਨੰਬਰ 1, ਤੁਹਾਨੂੰ ਇੰਗਲਿਸ਼ ਜਿਹੜੀ ਹੈਗੀ ਆ ਉਹ ਤੁਹਾਨੂੰ ਚੰਗੀ ਤਰੀਕੇ ਨਾਲ ਆਉਣੀ ਚਾਹੀਦੀ ਹੈ, ਤੁਹਾਡੀ ਫਲੂਐਂਸੀ ਹੋਣੀ ਚਾਹੀਦੀ ਆ। ਹੁਣ ਤੁਸੀਂ ਇੰਡੀਆ ਵਿੱਚ 6, 6.5 ਬੈਂਡ ਲਏ ਹੁੰਦੇ ਨੇ, ਪਰ ਜਦੋਂ ਸਾਨੂੰ ਇੱਥੇ ਆ ਕੇ ਇੰਗਲਿਸ਼ ਦੇ ਵਿੱਚ ਥੋੜ੍ਹਾ ਬਹੁਤਾ ਕਨਵਰਸ ਕਰਨਾ ਪੈਂਦਾ, ਅਸੀਂ ਨਰਵਸ ਹੋ ਜਾਂਦੇ ਹਾਂ। ਸੋ ਇਹ ਜਿਹੜੀ ਨਰਵਸਨੈਸ ਹੈਗੀ ਆ ਇਹਨੂੰ ਤੁਸੀਂ ਹੁਣ ਆਪਣੇ ਵਿੱਚੋਂ ਬਾਹਰ ਕੱਢਣਾ ਆ ਕਿ ਤੁਸੀਂ ਇੰਗਲਿਸ਼ ਦੀ ਜ਼ਿਆਦਾ ਤੋਂ ਜ਼ਿਆਦਾ ਪ੍ਰੈਕਟਿਸ ਕਰਿਆ ਕਰੋ। ਹੁਣ ਇਹ ਆਮ ਕਰਕੇ ਉਹ ਸਟੂਡੈਂਟਸ ਨੇ ਜਿਹੜੇ ਇਸ ਚੀਜ਼ ਤੋਂ ਜ਼ਿਆਦਾ ਇਫੈਕਟਡ ਹੁੰਦੇ ਨੇ, ਉਹ ਜਿਹੜੇ ਬ੍ਰੈਂਪਟਨ ਦੇ ਵਿੱਚ ਸਟੱਡੀ ਕਰ ਰਹੇ ਨੇ, ਪ੍ਰਾਈਵੇਟ ਕਾਲਜ ਦੇ ਵਿੱਚ ਸਟੱਡੀ ਕਰ ਰਹੇ ਨੇ, ਜਾਂ ਆਨਲਾਈਨ ਕਾਲਜ ਦੀਆਂ ਕਲਾਸਿਸ ਲਾ ਰਹੇ ਹੈਗੇ ਨੇ, ਕਿਉਂਕਿ ਪ੍ਰਾਈਵੇਟ ਕਾਲਜ ਦੇ ਵਿੱਚ ਤੁਹਾਨੂੰ ਅੰਗਰੇਜ਼ੀ ਉੱਨੀ ਕੁ ਬੋਲਣੀ ਪੈਂਦੀ ਹੈ ਜਿੰਨੀ ਕੁ ਲੋੜ ਹੋਵੇ, ਜਾਂ ਟੀਚਰ ਜਿੰਨੀ ਕੁ ਬੋਲਦਾ ਹੋਵੇ, ਨਹੀਂ ਤੇ ਆਪਾਂ ਕਹਿੰਦੇ ਹਾਂ ਵੀ ਸਾਡਾ ਪੰਜਾਬੀ 'ਚ ਸਰ ਗਿਆ, ਤੇ ਜਾਂ ਕਈਆਂ ਕਾਲਜ ਦੇ ਵਿੱਚ ਤੇ ਟੀਚਰ ਵੀ ਪੰਜਾਬੀ 'ਚ ਆ ਤੇ ਉਹ ਵੀ ਤੁਹਾਡੇ ਨਾਲ ਪੰਜਾਬੀ 'ਚ ਗੱਲ ਕਰ ਲੈਂਦੇ ਨੇ, ਪਰ ਅਲਟੀਮੇਟਲੀ ਤੁਸੀਂ ਆਪਦੀਆਂ 18-18, 20-20 ਹਜ਼ਾਰ ਡਾਲਰ ਫੀਸ ਦੇ ਰਹੇ ਹੈਗੇ ਹੋ, ਤੇ ਕੁਛ ਪੜ੍ਹਨ ਲਈ, ਕੁਛ ਸਿੱਖਣ ਲਈ ਦੇ ਰਹੇ ਹੈਗੇ ਹੋ, ਕਿ ਜਾਂ ਪੰਜਾਬੀ ਦੀ ਰਿਹਾਸਲ ਚੰਗੀ ਤਰ੍ਹਾਂ ਤੁਸੀਂ ਕਰਨ ਵਾਸਤੇ ਕੈਨੇਡਾ ਵਿੱਚ ਆਉਂਦੇ ਹੋ। ਪੰਜਾਬੀ ਬੋਲਣੀ ਚੰਗੀ ਗੱਲ ਹੈ, ਮੈਂ ਖੁਦ ਪੰਜਾਬੀ ਬੋਲਦਾ ਵਾਂ, ਮੈਂ ਨਹੀਂ ਕਹਿੰਦਾ ਪੰਜਾਬੀ ਨਾ ਬੋਲੋ, ਪਰ ਸਾਨੂੰ ਆਪਦੇ ਕੰਮ ਦੇ ਹਿਸਾਬ ਦੇ ਨਾਲ ਜਾਂ ਕੰਮ ਲੱਭਣ ਵਾਸਤੇ ਸਾਨੂੰ ਚੰਗੀ ਇੰਗਲਿਸ਼ ਆਉਣੀ ਚਾਹੀਦੀ ਹੈ, ਨੰਬਰ 1 ਚੀਜ਼ ਹੈ। ਨੰਬਰ 2, ਜਿਹੜੀਆਂ ਸਾਡੇ ਕੋਲ ਹੋਰ ਬੇਸਿਕ ਸਾਫਟ ਸਕਿੱਲਸ ਹੁੰਦੀਆਂ ਹੈਗੀਆਂ ਨੇ, ਲਾਈਕ ਈਮੇਲ ਅਸੀਂ ਕਿੱਦਾਂ ਰਾਈਟ ਕਰਨੀ ਆ, ਈਮੇਲ ਰਾਈਟ ਕਰਨ ਦਾ ਪੈਟਰਨ ਕੀ ਹੁੰਦਾ ਹੈਗਾ ਆ, ਕਿਹੜੀ ਕਿਹੜੀ ਤੁਹਾਨੂੰ ਬੇਸਿਕ ਜਿਹੀਆਂ ਇੰਟਰੋਡਕਟਰੀ ਲਾਈਨਸ ਜਿਹੜੀਆਂ ਹੁੰਦੀਆਂ ਨੇ, ਕੋਈ ਈਮੇਲ ਤੁਸੀਂ ਲਿਖ ਰਹੇ ਹੋ ਉਹਦੀ ਤੁਸੀਂ ਈਮੇਲ ਦੀ ਸਟਾਰਟਅਪ ਕਿੱਦਾਂ ਕਰਨਾ, ਉਹਨੂੰ ਤੁਸੀਂ ਕੰਕਲੂਡ ਕਿੱਦਾਂ ਕਰਨਾ, ਇਹ ਚੀਜ਼ਾਂ ਤੁਹਾਨੂੰ ਆਉਣੀਆਂ ਚਾਹੀਦੀਆਂ ਨੇ। ਇਹਦੇ ਤੋਂ ਇਲਾਵਾ ਨੰਬਰ 3, ਤੁਹਾਨੂੰ ਮਾਈਕਰੋਸਾਫਟ ਵਰਡ ਵਰਡ ਡਾਕੂਮੈਂਟ ਦੇ ਵਿੱਚ ਤੁਹਾਨੂੰ ਐਟਲੀਸਟ ਬੇਸਿਕ ਫੰਕਸ਼ਨੈਲਿਟੀਜ਼ ਪਤਾ ਹੋਣ ਕਿ ਤੁਸੀਂ ਵਰਡ ਦੇ ਵਿੱਚ ਟਾਈਪ ਕਿੱਦਾਂ ਕਰਨਾ ਹੈਗਾ ਆ, ਲੈਟਰ ਨੂੰ ਫਾਰਮੈਟ ਕਿੱਦਾਂ ਕਰਨਾ ਆ, ਤੁਸੀਂ ਪ੍ਰਿੰਟ ਕਿੱਦਾਂ ਕਰਨਾ ਹੈਗਾ ਆ, ਅਗਰ ਤੁਸੀਂ ਕਿਸੇ ਬੰਦੇ ਨੂੰ ਕੋਈ ਲੈਟਰ ਡਰਾਫਟ ਕਰਨੀ ਆ, ਤੁਹਾਨੂੰ ਬੇਸਿਕ ਜਿਹੀਆਂ ਚੀਜ਼ਾਂ ਪਤਾ ਹੋਣ, ਤੁਸੀਂ ਸਕੂਲ ਦੇ ਵਿੱਚ ਲੈਟਰ ਰਾਈਟਿੰਗ ਕਰਕੇ ਆਏ ਹੋ, ਪੰਜਾਬ ਦੇ ਵਿੱਚ ਨਾ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਐਸੇ ਐਂਡ ਲੈਟਰ ਰਾਈਟਿੰਗ ਕਰਾਉਂਦੇ ਹੁੰਦੇ ਨੇ, ਤੁਸੀਂ ਵੀ ਕੀਤੀ ਹੋਈ ਹੈ, ਅਤੇ ਆਲਸ ਦੇ ਵਿੱਚ ਵੀ ਤੁਸੀਂ ਇਹਦੀ ਪ੍ਰੈਕਟਿਸ ਕਰਕੇ ਆਏ ਹੈਗੇ, ਸੋ ਨਵੀਂ ਚੀਜ਼ ਨਹੀਂ ਹੈਗੀ ਤੁਹਾਡੇ ਵਾਸਤੇ। ਸੋ ਨੰਬਰ 3, ਜਿਹੜਾ ਐਕਸਲ ਸ਼ੀਟ ਹੈਗੀ ਆ, ਮਾਈਕਰੋਸਾਫਟ ਐਕਸਲ ਜਿਹੜਾ ਹੈਗਾ ਆ, ਉਹ ਵੀ ਤੁਹਾਨੂੰ ਬੇਸਿਕ ਜਿਹਾ ਪਤਾ ਹੋਵੇ ਕਿ ਐਕਸਲ ਦੇ ਵਿੱਚ ਤੁਸੀਂ ਜਿਹੜਾ ਰੈਕਡ ਹੈਗਾ, ਡਾਟਾ ਐਂਟਰੀਜ਼ ਕਿਵੇਂ ਕਰਨੀਆਂ ਨੇ, ਰੈਕਡ ਕੀਪਿੰਗ ਕਿੱਦਾਂ ਕਰਨੀ ਆ। ਅਤੇ ਨੰਬਰ 4, ਪਾਵਰ ਪੁਆਇੰਟ ਪ੍ਰੈਜੈਂਟੇਸ਼ਨ, ਇਹ ਤੁਹਾਡੇ ਕੋਲ ਅਗਰ 4 ਸਕਿੱਲਸ ਹੈਗੀਆਂ ਨੇ ਨਾ, ਤੁਸੀਂ ਇਹਨਾਂ ਸਕਿੱਲਸ ਨੂੰ ਯੂਟੀਲਾਈਜ਼ ਕਰਦੇ ਹੋ, ਤੇ ਟਰਸਟ ਮੀ ਤੁਹਾਨੂੰ ਕੈਨੇਡਾ ਵਿੱਚ ਜੌਬ ਲੱਭਣ ਦੇ ਵਿੱਚ ਕੋਈ ਦਿੱਕਤ ਨਹੀਂ ਆਵੇਗੀ। ਮੈਂ ਬਹੁਤ ਸਾਰੇ ਇੰਪਲੋਇਰਸ ਨਾਲ ਗੱਲ ਕਰਦਾ ਤੇ ਹਰੇਕ ਦੀ ਇਹੀ ਚੀਜ਼ ਹੁੰਦੀ ਹੈ, ਸਾਨੂੰ ਚੰਗਾ ਇੰਪਲੋਈ ਨਹੀਂ ਮਿਲਦਾ, ਉਹਨਾਂ ਦੇ ਕੋਲ ਜੌਬਸ ਹੈਗੀਆਂ ਨੇ ਪਰ ਸਿਚੁਏਸ਼ਨ ਇਹ ਹੈ ਕਿ ਉਹਨਾਂ ਨੂੰ ਚੰਗਾ ਇੰਪਲੋਈ ਨਹੀਂ ਮਿਲ ਰਿਹਾ ਹੈਗਾ, ਉਹਦੀ ਹੰਟ ਦੇ ਵਿੱਚ ਉਹ ਲੱਗੇ ਹੋਏ ਆ, ਤੁਸੀਂ ਚੰਗਾ ਇੰਪਲੋਇਰ ਲੱਭਣ ਦੇ ਵਿੱਚ ਲੱਗੇ ਹੋਏ ਹੋ। ਸੋ ਇਹਨਾਂ ਚੀਜ਼ਾਂ ਨੂੰ ਬ੍ਰਿਜ ਕਰਨ ਵਾਸਤੇ ਜਿਹੜੀਆਂ ਤੁਹਾਡੇ ਕੋਲ ਸਾਫਟ ਸਕਿੱਲਸ ਨੇ ਨਾ, ਇਹਨਾਂ ਦੇ ਉੱਤੇ ਵਰਕਆਊਟ ਕਰੋ ਤੇ ਟਰਸਟ ਕਰੋ ਆਪਣੇ ਆਪ ਉੱਤੇ, ਆਪਣੀ ਕੈਪੈਸਿਟੀ ਤੇ, ਆਪਣੀ ਕੈਪੇਬਿਲਿਟੀ ਦੇ ਉੱਤੇ ਕਿ ਤੁਹਾਨੂੰ ਜੌਬ ਜਿਹੜੀ ਆ ਉਹ ਜ਼ਰੂਰ ਮਿਲੂਗੀ। ਤੇ ਇਸ ਚੀਜ਼ ਦੇ ਉੱਤੇ ਪ੍ਰੈਕਟਿਸ ਕਰੋ ਤੇ ਮੈਨੂੰ ਜ਼ਰੂਰ ਦੱਸਿਓ ਜੇ ਤੁਹਾਨੂੰ ਇਹ ਕੰਮ ਕਰਨ ਤੋਂ ਬਾਅਦ ਜੌਬ ਮਿਲ ਜਾਂਦੀ ਹੈਗੀ ਆ। ਤੇ ਰੱਬ ਰਾਖਾ।